ਸਤਿਗੁਰ ਜੀ ਸਾਰਿਆਂ ਨੂੰ ਸੁਣਨਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਇਟਲੀ ਦੇ ਵਿੱਚ ਕੇਸਾਂ ਦੀ ਗਿਣਤੀ ਦੇਖੀ ਤਾਂ 57715 ਜੀ 349 ਮਰੀਜ਼ਾਂ ਦੀ ਮੌਤ ਹੋਈ ਹੈ 1,08493 ਮਰੀਜ਼ ਠੀਕ ਹੋਏ ਨੇ ਟੈਸਟ ਜਿਹੜੇ ਆ 4,78,314 ਕੀਤੇ ਗਏ ਨੇ ਤਾਂ ਸ਼ੋਦੀ ਪੋਜ਼ਿਟਿਵਿਟੀ ਅੱਜ 12% ਚੱਲ ਰਹੀ ਸੀ ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਇਟਲੀ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਕੇਸ ਆਏ ਨੇ ਲੰਬੋਰਡੀਆ ਦੇ ਵਿੱਚ 5417 ਵੇਨੀਤੋ ਵਿੱਚ 4877 ਕੰਪਨੀਆਂ ਦੇ ਵਿੱਚ 5062 ਇਮੀਲੀਆ ਰੋਮਾਨੀਆ ਦੇ ਵਿੱਚ 8983 ਪੀਮੋਂਟੀ ਵਿੱਚ 9568 ਲਾਟਸਿਓ 6615 ਤੁਸਕਾਨਾ 4109 ਸਿਜੀਲੀਆ 3328 ਪੂਲਿਆ 2668 ਲਿਗੂਰੀਆ 1720 ਫਰੀਲੀ ਬਨੇਸੇ ਜੂਲੀਆ 1032 ਮਾਰਕੇ 1755 ਅਬਰੂਸੋ 1262 ਕਲਾਬਰੀਆ 1195 ਉੰਬਰੀਆ 593 ਬੋਲਸਾਨੋ 958 ਸਰਦੇਨੀਆ 597 ਤ੍ਰੈਂਟੋ 599 ਬਾਜ਼ੀਲੀਕਾ 479 ਮូលੀਸੇ 211 ਅਤੇ ਵਾਲੇਦੋਸਤਾ ਦੇ ਵਿੱਚ ਜਿਹੜੇ 56 ਨਵੇਂ ਕੇਸ ਟੋਟਲ ਅੱਜ ਦਰਜ ਹੋਏ ਨੇ ਤੇ ਖਬਰਾਂ ਸ਼ੁਰੂ ਕਰਨ ਤੋਂ ਬਾਅਦ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿ ਸਾਡੀ ਕੋਈ ਵੀ ਬ੍ਰਾਂਚ ਸਾਡਾ ਕੋਈ ਵੀ ਆਫਿਸ ਦੇਸ਼ ਵਿਦੇਸ਼ ਦੇ ਵਿੱਚ ਨੇ ਖੁੱਲਿਆ ਅਸੀਸ ਸਰ ਦਾ ਪੀੜ ਪ੍ਰੋਮੋਸ਼ਨ ਕਰਦੇ ਨੇ ਤੇ ਸਾਡਾ ਇਸ ਟਾਈਮ ਕੰਮ ਸਿਰਫ YouTube ਉੱਤੇ ਨਿਊਜ਼ ਦੇਣਾ ਜੇਕਰ ਤੁਹਾਨੂੰ ਕੋਈ ਵੀ ਬੰਦਾ ਸਾਡਾ ਨਾਮ ਲੈ ਕੇ ਫੋਨ ਕਰਦਾ ਅਤੇ ਤੁਹਾਨੂੰ ਕਹਿੰਦਾ ਕਿ ਕੁਲਵੀਰ ਦਾ ਆਫਿਸ ਖੁੱਲਿਆ ਤਾਂ ਉਸ ਦਾ ਤੁਸੀਂ ਉਸੇ ਟਾਈਮ ਬੰਦੇ ਦਾ ਕੇਸ ਕਰ ਸਕਦੇ ਹੋ ਉਸੇ ਸਰ ਕੇਸ ਕਰ ਸਕਦੇ ਹੋ ਉਸੇ ਸਰ ਫਰੋਡ ਦਾ ਕੇਸ ਕਰਵਾ ਸਕਦੇ ਹੋ ਜੀ ਵੱਧਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਉਹ ਖਬਰ ਹੈ ਜੀ ਕਿ ਜਰਮਨ ਦੇ ਵਿੱਚ ਜਿਹੜੇ ਨਵੇਂ ਕੇਸਾਂ ਦੀ ਗਿਣਤੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਇਹ ਜੋ ਅੱਜ ਦੱਸਿਆ ਜਾ ਰਿਹਾ ਕਿ ਜਿਹੜੇ ਨਵੇਂ ਕੇਸਾਂ ਦੀ ਗਿਣਤੀ ਹੈ ਜੀ ਉੱਥੇ ਤਕਰੀਬਨ 77000 ਤੋਂ ਉੱਤੇ ਆਈ ਹੈ ਜੀ 78318 ਜੇਕਰ ਐਗਜ਼ੈਕਟ ਗਿਣਤੀ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਇੱਕ ਨਵਾਂ ਫਰਾਡ ਕੀਤਾ ਗਿਆ ਇਟਲੀ ਦੀ ਸਰਕਾਰ ਦੇ ਨਾਲ ਰੈਦੀ ਤੋਂ ਦੀ ਚੇਤਾ ਦੀਆਂ ਅੰਸਾ ਦੇ ਫਰਾਡ ਹੋਏ ਨੇ ਹੋਰ ਵੀ ਕਾਫੀ ਤਰ੍ਹਾਂ ਦੇ ਇਟਲੀ ਦੇ ਵਿੱਚ ਫਰਾਡ ਸਾਹਮਣੇ ਆਏ ਨੇ ਪਰ ਹੁਣ ਇੱਕ ਨਵਾਂ ਫਰਾਡ ਸਾਹਮਣੇ ਆਇਆ ਜਿਸ ਦਾ ਨਾਮ 440 ਮਿਲੀਅਨ ਐਰੋ ਦਾ ਸਰਕਾਰ ਨੇ ਦਿਕਰੇ ਤੇ ਰੀਲਾਂਚੋ ਸ਼ੁਰੂ ਕੀਤਾ ਹੀ ਉਹਨਾਂ ਦੇ ਲਈ ਜਿਨ੍ਹਾਂ ਬੰਦਿਆਂ ਦੇ ਆਪਣੇ ਪ੍ਰਤੀਤੇ ਹੀ ਵੇ ਸਨ ਜਿਨ੍ਹਾਂ ਬੰਦਿਆਂ ਨੇ ਆਪਣੇ ਕੰਮ ਖੋਲੇ ਹੋਏ ਸਨ ਪਰ ਇਸ ਚੀਜ਼ ਨੂੰ ਜਿਨ੍ਹਾਂ ਬੰਦਿਆਂ ਦੇ ਆਪਣੇ ਪ੍ਰਤੀਤੇ ਹੀ ਵੇ ਸਨ ਉਹਨਾਂ ਨੇ ਗੇਮ ਪਾਈ ਬਹੁਤ ਤਕੜੀ 440 ਮਿਲੀਅਨ ਦਾ ਜਿਹੜਾ ਚੂਨਾ ਸਰਕਾਰ ਨੂੰ ਲਾਇਆ ਪਰਗਵਾਰਦੇ ਦੀ ਫਾਈਨਾਂਸਾਂ ਨੇ ਫਾਈਨਾਂਸ ਵਾਲਿਆਂ ਨੇ ਇਸ ਜਿਹੜਾ ਗੈਂਗ ਦਾ ਪਰਦਾ ਫਾਸ਼ ਕਰ ਦਿੱਤਾ ਜੀ 78 ਬੰਦਿਆਂ ਦੀ ਇਨਕੁਆਰੀ ਚੱਲ ਰਹੀ ਹੈ 35 ਬੰਦਿਆਂ ਨੂੰ ਘਰਾਂ ਦੇ ਵਿੱਚ ਕਰਾਂ ਦੇ ਵਿੱਚ ਉਹਨਾਂ ਨੂੰ ਬਠਾਲ ਦਿੱਤਾ ਗਿਆ ਕਿ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਹੁਣ ਜਿਹੜੇ ਇਹਨਾਂ ਦੇ ਜਿਹੜੀਆਂ ਇਹਨਾਂ ਦੀਆਂ ਪ੍ਰਾਪਰਟੀ ਹੈ ਇਹਨੂੰ ਵੀ ਜ਼ਬਤ ਕਰਨ ਦੀ ਗੱਲਬਾਤ ਚੱਲ ਰਹੀ ਹੈ ਜੀ ਉਧਰ ਹੀ ਦੱਸਿਆ ਜਾ ਰਿਹਾ ਹੈ ਕਿ ਟੋਕੀਓ ਦੇ ਵਿੱਚ ਜਿਹੜੀ ਐਮਰਜੈਂਸੀ ਡਿਕਲੇਅਰ ਕਰ ਦੇਣੀ ਹੈ ਜਾਪਾਨ ਬਹੁਤ ਬਹੁਤ ਹੀ ਛੇਤੀ ਜਿਹੜਾ ਉੱਥੇ ਐਮਰਜੈਂਸੀ ਐਲਾਨ ਕਰਨ ਜਾ ਰਿਹਾ ਹੈ ਜੀ ਹਾਂਗਕong ਦਾ ਦੱਸਿਆ ਜਾ ਰਿਹਾ ਹੈ ਕਿ ਹਾਂਗਕong ਦੇ ਜਿਹੜੇ ਮਨਿਸਟਰ ਮਨਿਸਟਰੋ ਦੇ ਲਈ ਇੰਟਰਨ ਨਹੀਂ ਉਹਨਾਂ ਨੇ ਆਪਣਾ ਰਾਸ ਦੀਫਾ ਦੇ ਦਿੱਤਾ ਜੀ ਉਧਰ ਹੀ ਦੱਸਿਆ ਜਾ ਰਿਹਾ ਹੈ ਕਿ ਕੱਲ ਖਬਰ ਆ ਰਹੀ ਸੀ ਕਿ ਫਾਇਜ਼ਰ ਦੀ ਕੰਪਨੀ ਮੋਦਰਨਾ ਦੀ ਕੰਪਨੀ ਤੇ ਬਹੁਤ ਸਾਰੀਆਂ ਕੰਪਨੀਆਂ ਇੱਕ ਯੂਨੀਵਰਸਲ ਵੈਕਸੀਨ ਦੇ ਬਾਰੇ ਗੱਲਬਾਤ ਕਰ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਐਸੀ ਵੈਕਸੀਨ ਜੋ ਕਿ ਹਰ ਇੱਕ ਵਾਇਰਸ ਦੇ ਖਿਲਾਫ ਕੰਮ ਕਰਦੀ ਹੈ ਪਰ ਇਹਦੇ ਬਾਰੇ ਇੱਕ ਨਵਾਂ ਅਪਡੇਟ ਆਜਾਇਆ ਜੀ ਕਹਿ ਰਹੇ ਨੇ ਕਿ ਯੂਨੀਵਰਸਲ ਜਿਹੜੀ ਵੈਕਸੀਨ ਬਣਾਣੀ ਫਿਲਹਾਲ ਦੇ ਲਈ ਮੁਮਕਿਨ ਇਹ ਨਾ ਮੁਮਕਿਨ ਇਹ ਇੱਕ ਸੁਪਨਾ ਹੀ ਬਣ ਕੇ ਰਹਿ ਸਕਦੇ ਕਿਉਂਕਿ ਇੰਨੀ ਛੇਤੀ ਨਹੀਂ ਬਣ ਸਕਦੀ ਇਹਦੇ ਲਈ ਹਜ਼ਾਰਾਂ ਸਾਲ ਜਾਂ ਫਿਰ ਕਾਫੀ ਸਾਲਾਂ ਦੀ ਸਟੱਡੀ ਬਹੁਤ ਸਾਰੇ ਕੇਸ ਜਿਹੜੇ ਲੱਗਣੇ ਸ਼ੁਰੂ ਹੋ ਜਣੇ ਹਨ ਤੇ ਇਸ ਕਰਕੇ ਇਹ ਇੱਕ ਸਿਰਫ ਪਬਲਿਸਿਟੀ ਸਟੰਟ ਵਾ ਜਿਹਦੇ ਕਰਕੇ ਸਾਰੀਆਂ ਕੰਪਨੀਆਂ ਜਿਹੜੀਆਂ ਸਾਰੇ ਕਹਿ ਰਹੇ ਨੇ ਕਿ ਇਹਨਾਂ ਨੂੰ ਕਰਨਾ ਚਾਹੀਦਾ ਜੀ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਇੱਕ ਨਵਾਂ ਮਾਸਕ ਤਿਆਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਨਾਮ ਸੁਪਰ ਮਾਸਕ ਹੋ ਜੋ ਕਿ ਓਮਿਕਰਨ ਨਹੀਂ ਹਰ ਇੱਕ ਤਰ੍ਹਾਂ ਦਾ ਜੋ ਵਾਇਰਸ ਆ ਉਸ ਦੇ ਖਿਲਾਫ 100% 100% ਆਪਣਾ ਦਾਵਾ ਕਰ ਰਹੇ ਨੇ ਕਿ ਸਾਡਾ ਜਿਹੜਾ ਕੰਮ ਇਹ ਹੋਊਗਾ ਇਹ ਜਿਹੜਾ ਮਾਸਕ ਆ ਫਰਾਂਸ ਦੇ ਵਿੱਚ ਇੱਕ ਲਿਓਨ ਨਾਂ ਦੀ ਇੱਕ ਪਾਰਟਨਰਸ਼ਿਪ ਆ ਇਹਨਾਂ ਨੇ ਜਿਨ੍ਹਾਂ ਨੇ ਬਣਾਇਆ ਲਾਸ ਬੇਗਸ ਦੇ ਵਿੱਚ ਬਣਾਇਆ ਫਰਾਂਸ ਦੇ ਵਿੱਚ ਇਹ ਹੁਣ ਵਿਕਣਾ ਵੀ ਸ਼ੁਰੂ ਹੋ ਜਾਣਾ ਤੇ ਇਸ ਦੀ ਜਿਹੜੀ ਕੀਮਤ ਆ 300 ਯੂਰੋ ਹੋਗੀ ਇਸ ਮਾਸਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਾਇਰਸ ਚਾਹੇ ਓਮਿਕਰੋਨ ਹੋਵੇ ਡੈਲਟਾ ਹੋਵੇ ਜਾਂ ਜਿੰਨੇ ਵੀ ਕਹਿੰਦੇ ਵਾਇਰਸ ਆਣ ਵਾਲੇ ਇਹ ਸਾਰਿਆਂ ਨੂੰ ਰੋਕੂਗਾ ਬਹੁਤ ਹੀ ਹਾਈ ਟੈਕ ਟੈਕਨੋਲੋਜੀ ਦਾ ਹੈ ਜਿਹੜਾ ਦੱਸਿਆ ਜਾ ਰਿਹਾ ਕਿ ਮਾਸਕ ਇਹਨਾਂ ਨੇ ਬਣਾਇਆ ਉਸ ਤੋਂ ਬਾਅਦ ਵੱਧਦੇ ਜੀ ਆਪਣੇ ਅਗਲੇ ਅਪਡੇਟ ਵੱਲ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਉਹ ਆਜੀ ਬਰੇਸ਼ਾ ਤੋਂ ਬਰੇਸ਼ਾ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਮਚ ਗਏ ਹਫੜਾ ਦਫੜੀ ਦੱਸਿਆ ਗਿਆ ਕਿ ਪਾਰਕਿੰਗ ਦੇ ਵਿੱਚ ਇੱਕ ਲਾਵਾਰਿਸ ਵਲੀ ਜੇ ਇੱਕ ਲਵਾਰਿਸ ਬੈਗ ਮਿਲੇ ਜਿਸ ਦੇ ਵਿੱਚ ਬੰਬ ਹੋਣ ਦੀ ਸ਼ੰਕਾ ਜਾਰੀ ਕੀਤੀ ਗਈ ਕਿ ਸ਼ੱਕ ਪੈਦਾ ਹੋ ਗਿਆ ਕਿ ਲੋਕਾਂ ਨੂੰ ਉੱਥੇ ਉਸ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੇ ਵਿੱਚ ਬੰਬ ਹੈ ਤੇ ਉਸ ਕਰਕੇ ਪੁਲਿਸ ਪਹੁੰਚ ਗਈ ਤੇ ਜਿਹੜੇ ਬੰਬ ਡਿਫਿਊਜ਼ ਕਰਨ ਵਾਲੇ ਉਹ ਪਹੁੰਚ ਗਏ ਰਾਤ ਦੇ 9:30 ਵਜੇ ਦਿਨ ਸ਼ੁੱਕਰਵਾਰ ਨੂੰ ਇਹ ਸਾਰੀ ਘਟਨਾ ਵਾਪਰੀ ਹੈ ਜੀ ਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਬਹੁਤ ਜ਼ਿਆਦਾ ਹਫੜਾ ਦਫੜੀ ਕਰਨ 2 ਘੰਟਿਆਂ ਬਾਅਦ ਜਦੋਂ ਦੇਖਿਆ ਗਿਆ ਤਾਂ ਉਸ ਦੇ ਵਿੱਚ ਕੁਝ ਵੀ ਨਹੀਂ ਸੀ ਉਹ ਕਿਸੇ ਦਾ ਖਾਲੀ ਬੈਗ ਸੀ ਜੋ ਕੋਈ ਬੰਦਾ ਭੁੱਲ ਗਿਆ ਸੀ ਅਗਲਾ ਅਪਡੇਟ ਆ ਜੀ ਅੱਲ ਨੂੰ ਐ ਕਲਿਕਡੇ 1 ਫਰਵਰੀ 2022 ਨੂੰ ਕਲਿਕਡੇ ਜਿਹਦੇ ਵਿੱਚ 9 ਮਹੀਨੇ ਵਾਲੇ ਜਿਹੜੇ ਸੀਜ਼ਨਲ ਵਰਕ ਪਰਮਿਟ ਵਾਲੇ ਬੰਦੇ ਨੇ ਇਹਨਾਂ ਨੇ ਆਪਣੇ ਸਵੇਰੇ 9 ਵਜੇ ਕਲਿਕਡੇ ਦੇ ਵਿੱਚ ਪੇਪਰ ਭਰ ਕੇ ਭੇਜ ਦੇਣੇ ਆ ਫਾਈਲਾਂ ਸਾਰੀਆਂ ਦੀਆਂ ਤਿਆਰ ਆ ਪਰ ਕੱਲ ਤੋਂ ਉਹਨਾਂ ਨੇ ਭੇਜ ਦੇਣੇ ਆ ਜਿੱਤੇ ਤੱਕ ਸਾਨੂੰ ਜ਼ਿਆਦਾ ਕੱਲ ਨੂੰ ਹੀ ਜਿਹੜਾ ਬੰਦਿਆਂ ਨੇ ਪੇਪਰ ਆਪਣੇ ਚੇਂਜ ਕਰਵਾਉਣੇ ਆ 9 ਮਹੀਨੇ ਦੇ ਪੇਪਰਾਂ ਨੂੰ ਚੇਂਜ ਕਰਵਾਉਣਾ ਆਪਣੀ ਰੈਗੂਲਰ ਸਜੋਰ ਨੂੰ ਦੇ ਵਿੱਚ ਉਹ ਵੀ ਕਾਲ ਤੋਂ ਆਪਣੇ ਪੇਪਰ ਕਰਵਾ ਸਕਦੇ ਨੇ ਆਪਣੀ ਆਨਲਾਈਨ ਫਾਈਲ ਜਮ੍ਹਾਂ ਕਰਵਾ ਸਕਦੇ ਆ ਅਤੇ 6.4000 ਬੰਦਾ ਤਕਰੀਬਨ ਜਿਨ੍ਹਾਂ ਦੇ ਪੇਪਰ ਚੇਂਜ ਹੋਣਗੇ ਜਿਹੜੇ ਲੱਕੀ ਵਿਨਰ ਅਸੀਂ ਕਹਿ ਸਕਦੇ ਆ ਜਿਨ੍ਹਾਂ ਬੰਦਿਆਂ ਦੇ ਪੇਪਰ ਜਿਨ੍ਹਾਂ ਬੰਦਿਆਂ ਦੇ ਜਿਹੜੇ ਕੰਟਰੈਕਟ ਟੈਗ ਸਾਰਾ ਕੁਝ ਇੱਕ ਨੰਬਰ ਚ ਹੋਊਗਾ ਉਹਨਾਂ ਬੰਦਿਆਂ ਨੂੰ ਸਾਰਿਆਂ ਦੇ ਪੇਪਰ ਫਿਰ ਚੇਂਜ ਹੋ ਜਾਣੇ ਆ ਆਪਣੇ ਮਾਲਕਾਂ ਦਾ ਜਿਹੜਾ ਹਿਸਾਬ ਤਾਂ ਤੁਸੀਂ ਹਿਸਾਬ ਰੱਖਣਾ ਜੀ ਸਾਰਾ ਕੁਝ ਕਿ ਮਾਲਕਾਂ ਦੇ ਨਾਲ ਕਿਸੇ ਦੇ ਨਾਲ ਤੁਸੀਂ ਬਗੜਦੀ ਨਹੀਂ ਹੈਗੀ ਉਸੋ ਵੱਲ ਗੱਲ ਕਰਦੇ ਆ ਜੀ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 70000 70000 ਬੰਦਾ ਜੋ ਕਿ ਬੇਰੋਜ਼ਗਾਰ ਹੋ ਸਕਦਾ ਹੈ ਬੇਰੋਜ਼ਗਾਰ ਹੋਣ ਦਾ ਕਾਰਨ ਕੀ ਹੈ ਜੀ ਬੇਰੋਜ਼ਗਾਰ ਹੋਣ ਦਾ ਕਾਰਨ ਇਹ ਹੈ ਕਿ 70000 ਬੰਦਾ ਜੋ ਕਿ ਇਟਲੀ ਦੀਆਂ ਗੱਡੀਆਂ ਦੀਆਂ ਜਿਹੜੀਆਂ ਕੰਪਨੀ ਨੇ 500 ਗੱਡੀਆਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਕੰਮ ਕਰ ਰਿਹਾ ਇਟਲੀ ਦੇ ਵਿੱਚ ਦੁਨੀਆ ਦੇ ਵਿੱਚ ਇਸ ਟਾਈਮ ਜਿਹੜਾ ਕੰਮ ਚੱਲ ਰਿਹਾ ਜੀ ਸਾਰੀਆਂ ਹੀ ਗੱਡੀਆਂ ਜਿਹੜੀਆਂ ਇਲੈਕਟ੍ਰੋਨਿਕ ਹੋ ਰਹੀਆਂ ਨੇ ਇਲੈਕਟ੍ਰੋਨਿਕ ਕੰਮ ਚੱਲ ਰਿਹਾ ਜੀ ਇਸ 300 ਤੋਂ ਲੈ ਕੇ 500 ਇਟਲੀ ਦੇ ਵਿੱਚ ਐਸੀ ਏਜੰਸੀ ਹੈ ਜਿਨ੍ਹਾਂ ਦੇ ਵਿੱਚ ਉਹ ਵਾਲੇ ਇਲੈਕਟ੍ਰੋਨਿਕ ਸਮਾਨ ਨਹੀਂ ਹੈਗਾ ਜਿਸ ਕਾਰਨ 70000 ਬੰਦੇ ਬੇਰੋਜ਼ਗਾਰ ਹੋ ਸਕਦੇ ਨੇ ਜੇਕਰ ਸਰਕਾਰ ਨੇ ਛੇਤੀ ਕੋਈ ਕਦਮ ਨਾ ਚੱਕਿਆ ਤਾਂ ਬਹੁਤ ਸਾਰੀਆਂ ਜਿਹੜੀਆਂ ਕੰਪਨੀ ਜਿੱਦਾ ਬਾਰੀ ਦੇ ਵਿੱਚ ਮਦੂਨੀਆ ਹੋ ਜੋ ਵਿੱਚ ਤੇ ਪਿਜ਼ਾਨਾ ਵਿਤੇਸ਼ਕੋ ਦੇ ਵਿੱਚ ਜਾਂ ਕਾਫੀ ਹੋਰ ਇਦਾਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਬੰਦੇ ਬੇਰੋਜ਼ਗਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੰਪੋਨੈਂਟ ਹੀ ਨਹੀਂ ਹੋਣਗੇ ਸਮੱਗਰੀ ਉਹਨਾਂ ਦੇ ਕੋਲ ਸਮਾਨ ਹੀ ਨਹੀਂ ਹੋਣਾ ਇਲੈਕਟ੍ਰੋਨਿਕ ਸਮਾਨ ਨੂੰ ਬਣਾਉਣ ਦੇ ਲਈ ਇਸ ਕਰਕੇ ਸਰਕਾਰ ਨੂੰ ਕੋਸ਼ਣਾ-ਕੋਸ਼ ਜਰੂਰ ਕਰਨਾ ਪੈਣਾ ਕਿਉਂਕਿ 70000 ਬੰਦਾ ਬੇਰੋਜ਼ਗਾਰ ਬੇਰੋਜ਼ਗਾਰ ਹੋਣਾ ਇੱਕ ਛੋਟੀ ਰਕਮ ਨਹੀਂ ਹੈਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਦਾਦ ਦੇ ਵਿੱਚ ਸਰਕਾਰ ਨੂੰ ਪੱਲਿਓ ਪੈਸੇ ਇਹਨਾਂ ਨੂੰ ਦੇਣੇ ਪੈਣੇ ਉਸ ਤੋਂ ਬਾਅਦ ਜ਼ੋਨ ਜੇਤਾਤੀ ਹੈ ਲੈ ਜ਼ੋਨ ਟ੍ਰਾਫਿਕ ਨੂੰ ਲਿミਟਾਤੋ ਕੁਝ ਇਦਾਂ ਦੇ ਜ਼ੋਨ ਹੁੰਦੇ ਨੇ ਕੁਝ ਇਦਾਂ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਦਾਂ ਦੇ ਏਰੀਏ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਟ੍ਰੈਫਿਕ ਨੂੰ ਲਿਮਿਟ ਕੀਤਾ ਹੁੰਦਾ ਸਿਰਫ ਉਸ ਏਰੀਏ ਜਗ੍ਹਾ ਦੇ ਵਿੱਚ ਰਹਿਣ ਵਾਲੇ ਬੰਦੇ ਹੀ ਜਾ ਸਕਦੇ ਆ ਪਰ ਕਿਸੇ ਨੂੰ ਕੀ ਪਤਾ ਸੀ ਇੱਕ ਬਹੁਤ ਤਕੜਾ ਬਿਜ਼ਨਸ ਬਣ ਜਾਣਾ ਬਿਲਕੁਲ ਸਹੀ ਸੁਣਿਆ ਜੀ ਇੱਕ ਕਮੂਨੇ ਦੇ ਲਈ ਇੱਕ ਕਮੂਨੇ ਦੇ ਲਈ ਇੰਨਾ ਵੱਡਾ ਬਿਜ਼ਨਸ ਬਣ ਗਿਆ ਕਿ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਸਿਰਫ 4 ਮਹੀਨਿਆਂ ਦੇ ਵਿੱਚ ਜੇਤਾਤੀ ਐਲ ਲੈਣ ਦੇ ਨਾਲ ਜ਼ੋਨਾ ਅਤਰਾਫੀ ਕੋ ਲਿਮਿਟਾਟਿਓ ਕਰਨ ਦੇ ਨਾਲ 15000 ਬੰਦਿਆਂ ਨੂੰ ਜੁਰਮਾਨਾ ਕੀਤਾ ਤੇ ਉਸ ਕਮੂਨੇ ਉਸ ਮ्युनਿਪੈਲਿਟੀ ਨੂੰ ਦੇ ਜੇਬਾਂ ਦੇ ਵਿੱਚ 10 ਲੱਖ ਐਰੋ ਆਇਆ ਜੀ ਅਤੇ ਇਹ ਮਾਇਆ ਜਿਹੜੀ ਆਈ ਹੈ ਜੀ ਇਹ ਕਮੂਨੇ ਫਰਾਰਾ ਦੇ ਜਿਹੜੇ ਖਜ਼ਾਨਾ ਉੱਥੇ ਦਾ ਜਿਹੜਾ ਭਰਿਆ ਸਰਕਾਰੀ ਖਜ਼ਾਨਾ ਤੇ ਅੱਜ ਪੋਸਟ ਮਾਰਟਮ ਹੋਊਗਾ ਉਹਨਾਂ ਦੋ ਬੱਚਿਆਂ ਦਾ ਜੋ ਕਿ ਕੋਵਿਡ ਦੇ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਪਤਾ ਲੱਗਣਾ ਕਿ ਅਸਲ ਦੇ ਵਿੱਚ ਮੌਤ ਦਾ ਕਾਰਨ ਕੀ ਸੀ ਉਸ ਤੋਂ ਬਾਅਦ ਜੋ ਆਪਣਾ ਅਗਲਾ ਅਪਡੇਟ ਆ ਰਿਹਾ ਜੀ ਆ ਰਿਹਾ ਹੈ ਪਿੰਡ ਰੈਂਦੇ ਰਹਿੰਦੇਪਿੰਦਰ ਪਿੰਡ ਦੇ ਵਿੱਚ ਇੱਕ ਅਧਿਆਪਕ ਜਿਸ ਦੀ ਉਮਰ ਇੱਕ ਟੀਚਰ ਜਿਸ ਦੀ ਉਮਰ 33 ਸਾਲ ਹੈ ਉਸਨੇ ਆਪਣੇ ਆਪ ਨੂੰ ਹੀ ਅੱਗ ਲਾ ਲਈ ਆਪਣੇ ਆਪ ਨੂੰ ਹੀ ਅੱਗ ਲਾ ਕੇ ਸਵਾਹ ਕਰਨ ਦੀ ਕੀਤੀ ਕੋਸ਼ਿਸ਼ ਤੇ ਇਹ ਜੋ ਕੋਸ਼ਿਸ਼ ਕੀਤੀ ਹੈ ਉਹਦਾ ਕਾਰਨ ਇਸ ਟਾਈਮ ਪਤਾ ਨਹੀਂ ਜਿਹੜੇ ਇਰਾਦੇ ਕੀ ਸਨ ਉਸ ਆਦਮੀ ਉਸ ਅਧਿਆਪਕ ਦੇ ਉਸਨੇ ਪੁਲਿਸ ਮਹਿਕਮੇ ਦੇ ਕੋਲ ਪੁਲਿਸ ਥਾਣੇ ਦੇ ਮੋਰੇਕਾਰਾ ਬ ਨੇੜੇ ਦਾ ਜਿਹੜਾ ਕਜ਼ਹਿਰਮ ਉਸ ਦੇ ਮੋਰੇ ਹੀ ਆਪਣੇ ਆਪ ਨੂੰ ਅੱਗ ਲਾ ਲਈ ਤੇ ਪੁਲਿਸ ਵਾਲਿਆਂ ਨੇ ਉਸ ਵੇਲੇ ਹੀ ਉਸ ਨੂੰ ਉਹਦੀ ਅਗ ਨੂੰ ਬੁਝਾਇਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਬਿਆਨਾਂ ਦੇ ਹਿਸਾਬ ਦੇ ਨਾਲ ਉੱਥੇ 118 ਐਂਬੂਲੈਂਸ ਵੀ ਪਹੁੰਚੀ ਅਧਿਵਿਨੀ ਦੱਸਿਆ ਕਿ ਜੇਕਰ ਅਸੀਂ 30 ਸੈਕਿੰਡ ਵੀ ਲੇਟ ਹੋ ਜਾਂਦੇ ਤਾਂ ਉਸ ਬੰਦੇ ਨੇ ਜਲ ਕੇ ਸਵਾਹ ਹੋ ਜਾਣਾ ਸੀ 70% ਤੱਕ ਆ ਜਿਹੜੀ ਉਸ ਬੰਦੇ ਦੀ ਜਿਹੜੀ ਬਾਡੀ ਜਲ ਚੁੱਕੀ ਹੈ ਜੀ ਇਸ ਟਾਈਮ ਉਸ ਦਾ ਆਪਣੇ ਆਪ ਨੂੰ ਅੱਗ ਲਾਣ ਦਾ ਕਾਰਨ ਕੀ ਸੀ ਸਾਹਮਣੇ ਨਹੀਂ ਆਇਆ ਪਰ ਹੋ ਸਕਦਾ ਕਿ ਜਿਹੜਾ ਇਹਦੇ ਵਿੱਚ ਇੱਕ ਛੋਟੀ ਜਿਹੀ ਝਲਕ ਦਿਖ ਰਹੀ ਹੈ ਕਿ ਜਿਹੜਾ ਕੰਮ ਤੇ ਜਾਣ ਵਾਲੇ ਬੰਦਿਆਂ ਨੂੰ ਗ੍ਰੀਨ ਪਾਸ ਦੀ ਲੋੜਾ ਹੋ ਸਕਦਾ ਹੈ ਕਿ ਇਹ ਉਹਨਾਂ ਬੰਦਿਆਂ ਦੇ ਵਿੱਚੋਂ ਹੋਵੇ ਜਿਹੜੇ ਗ੍ਰੀਨ ਪਾਸ ਦੇ ਖਿਲਾਫ ਨੇ ਵੈਕਸੀਨ ਦੇ ਖਿਲਾਫ ਨੇ ਹੋ ਸਕਦਾ ਹੈ ਬੰਦਾ ਇੱਕ ਕ੍ਰਾਂਤੀ ਨਵੀਂ ਲੈ ਕੇ ਆਣਾ ਚਾਹੁੰਦਾ ਹੋਵੇ ਕਿ ਬੰਦਿਆਂ ਨੂੰ ਕੰਮ ਤੇ ਗ੍ਰੀਨ ਪਾਸ ਦੀ ਲੋੜ ਨਹੀਂ ਹੋਣੀ ਚਾਹੀਦੀ ਇਹ ਸਿਰਫ ਅਸੀਂ ਆਪਣੇ ਵੱਲ ਅਨੁਮਾਨ ਅੰਦਾਜ਼ਾ ਲਾ ਰਹੇ ਹਾਂ ਜੀ ਖਬਰ ਜੋ ਸਾਨੂੰ ਮਿਲੂਗੀ ਅਸੀਂ ਫਿਰ ਉਸ ਵੇਲੇ ਤੁਹਾਨੂੰ ਦੱਸਾਂਗੇ ਇਹਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਾਸ-ਖਾਸ ਖਬਰਾਂ ਨੇ ਇੱਥੇ ਮੁਕਦੀਆਂ ਨੇ ਮਿਲਾਂਗੇ ਤੁਹਾਨੂੰ ਤੁਹਾਡੇ ਨਾਲ ਅਸੀਂ ਆਪਣੇ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਨ ਰਹੇ ਹੀਟਲਿੰਨ ਖਬਰਾਂ ਤੋਂ ਹਿਕਲਵੀਰ ਸਿੰਘ ਨਾਲ ਜੀ ਲਾਸਟ ਅਪਡੇਟ ਆ ਕਿ ਜਿਹੜਾ ਮੂੰਹ ਦੇ ਉੱਤੇ ਮਾਸਕ ਲਾਉਣ ਦੀ ਜਿਹੜੀ ਲਾਸਟ ਡੇਟ 31 ਜਨਵਰੀ ਸੀ ਇਸ ਨੂੰ 10 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ ਡਿਸਕੋਟੇਕਾਂ ਨੂੰ ਬੰਦ ਕੀਤਾ ਗਿਆ ਕੌਂਸਿਲਰਾਂ ਦੀ ਮਿਨਿਸਟਰੀ ਜਿਹੜੀ ਅੱਜ ਬੈਠੀ ਸੀ ਇਹ ਉਹਨਾਂ ਦੇ ਫੈਸਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ